करीब 200 पुलिस कर्मियों द्वारा फरीदकोट के मॉडर्न जेल में सर्च अभियान चलाया गया, जो करीब 6 घंटे चला, जिसमें पुलिस द्वारा जेल में बंद 4 खतरनाक गैंगस्टर कैदियों से 4 स्मार्टफोन और सिम बरामद किए गए। पहले भी सर्च दौरान समय समय पर कैदियों से मोबाइल फोन मिलने के मामले सामने आते रहे हैं। जानकारी देते हुए थाना प्रभारी इकबाल सिंह ने बताया कि सुबह 6 बजे से 10 बजे तक करीब 200 पुलिस कर्मियों की सहायता से फरीदकोट की मॉडर्न जेल में सर्च अभियान चलाया गया। इस सर्च दौरान कैदियों के बैरकों की तलाशी ली गई, जिसमें 4 कैदियों से 4 स्मार्टफोन बरामद किए गए। उन्होंने बताया कि जिन कैदियों से मोबाइल फोन बरामद हैं, वो चोर एक कैटेगरी के गैंगस्टर हैं, जिनके खिलाफ पहले भी कई संगीन मामले दर्ज हैं। अज जिहड़े सीनियर अफसरां दी हदायत ते असीं ते साडे SPD साहब दी अगवाई च असीं उत्थे सुबह 6:30 बजे रेड कीता सीगा। जो SSP साहब दी हदायतां सीगियां उस मुताबिक असीं जिवें सर्च कीती तां सानूं अज जेल चों 4 वख-वख गैंगस्टर्स कोलों सानूं मोबाइल बरामद होए। ਹਾਂਜੀ ਬਿਲਕੁਲ। ਹਾਂ, ਇਹਨਾਂ ਦੇ ਕਾਫ਼ੀ ਵੱਖ ਵੱਖ ਜ਼ਿਲ੍ਹਿਆਂ 'ਚ ਇਹਨਾਂ ਦੇ ਤਕਰੀਬਨ 10-10 ਮੁਕੱਦਮੇ 10-10 12-12 ਮੁਕੱਦਮੇ ਇਹਨਾਂ ਦੇ ਦਰਜ ਹੈ, ਕਾਫ਼ੀ ਹੀਨੀਅਸ ਕ੍ਰਾਈਮ ਦੇ। ਇਹ ਕੈਟੇਗਰੀ ਦੇ ਹੈਗੇ, ਜਿਵੇਂ ਇੱਕ ਮਨਮੋਹਨ ਸਿੰਘ ਚਹਿਲ, ਯਾਹੀਆ ਖਾਨ, ਸਾਜਨ ਡੱਡੂ, ਅਤੇ ਇਹਨਾਂ ਤੋਂ ਅਸੀਂ ਜਿਹੜੇ ਹੈਗੇ ਅੱਜ ਮੋਬਾਈਲ ਬਰਾਮਦ ਕਰਕੇ ਜਿਹੜੇ ਵੱਖ ਵੱਖ FIR ਦਰਜ ਕੀਤੀ ਹੈ। ਇਹ ਫਿਰੋਜ਼ਪੁਰ, ਸੰਗਰੂਰ ਅਤੇ ਹੋਰ ਪੰਜਾਬ ਦੇ ਹੋਰ ਵੱਖ ਵੱਖ ਸ਼ਹਿਰਾਂ 'ਚ ਇਹ ਵਾਰਦਾਤਾਂ ਕਰਦੇ ਰਹੇ ਹੈ। ਪਿਛਲੇ 6 ਮਹੀਨਿਆਂ 'ਚ ਅਸੀਂ ਤਕਰੀਬਨ 16 ਜਾਂ 17 FIR ਇਹੋ ਜਿਹੇ ਮਾਮਲੇ ਦੇ ਸਾਨੂੰ ਅਸੀਂ ਰਜਿਸਟਰ ਕੀਤੀਆਂ, ਜਿਹਦੇ ਵਿੱਚ ਅਸੀਂ ਕੋਈ ਇਹਨਾਂ ਤੋਂ ਤਕਰੀਬਨ 18-19 ਮੋਬਾਈਲ ਫੜੇ ਹੈ। ਨਹੀਂ, ਦੂਸਰੇ ਵੀ ਇਹਨਾਂ 'ਚ ਜਿਹੜੇ ਆ ਨੰਬਰ ਵਾਲੇ ਉਹ ਵੀ ਹੈ, ਜ਼ਿਆਦਾ ਵਿੱਚ ਐਂਡਰਾਇਡ ਵੀ ਹੈਗੇ ਇਹਨਾਂ ਦੇ, ਪਰ ਜਿਹੜੇ ਅੱਜ ਸਾਨੂੰ ਬਰਾਮਦ ਹੋਏ ਹੈ ਐਂਡਰਾਇਡ ਫੋਨ ਬਰਾਮਦ ਹੋਏ। ਸਰ, ਜੈਸਾ ਕਿ ਜੇਲ੍ਹ ਦੇ ਬਾਹਰ ਪੁਲਿਸ ਚੌਂਕੀ ਤੈਨਾਤ ਹੈ, ਮੰਨਿਆ ਜਾਵੇ ਕਿ ਸਰਚ ਦੌਰਾਨ ਕਿਤੇ ਨਾ ਕਿਤੇ ਜਿਹੜੀ ਕਾਲੋ ਹੁੰਦੀ ਹੈ ਜਾਂ ਕੋਈ ਗੈਲੀ ਹੁੰਦੀ ਹੈ, ਜਿਸ ਕਰਕੇ ਜਿਹੜੇ ਮੋਬਾਈਲ ਅੰਦਰ ਪਹੁੰਚਦੇ ਨੇ? ਨਹੀਂ, ਕਾਫ਼ੀ ਬਰੀਕੀ ਨਾਲ ਵੀ ਸਰਚ ਕੀਤੀ ਜਾਂਦੀ ਹੈ, ਇਹੋ ਜਿਹੀ ਗੱਲ ਨਹੀਂ ਹੈ। ਅਸੀਂ ਪਿਛਲੇ ਦਿਨ ਇੱਕ ਪਰਚਾ ਦਰਜ ਕੀਤਾ, ਉਹਦੇ 'ਚ ਇੱਕ ਕੋਈ ਮੁਲਾਕਾਤੀ ਆਪਦੇ ਬੂਟ 'ਚ ਖਾਨਾ ਬਣਾ ਕੇ ਲੈ ਕੇ ਜਾ ਰਿਹਾ ਸੀਗਾ, ਉੱਥੇ ਜਿਹੜੇ ਕਰਮਚਾਰੀ ਸਰਚ ਕਰ ਰਹੇ ਸੀ ਉਹਨਾਂ ਵੱਲੋਂ ਉਹ ਬਰਾਮਦ ਕੀਤਾ ਗਿਆ। ਪਰ ਇਹਨਾਂ ਵੱਲੋਂ ਕਈ ਵੱਖ ਵੱਖ ਢੰਗ ਵਰਤ ਕੇ ਅੰਦਰ ਮੋਬਾਈਲ ਲਿਆਉਂਦੇ ਜਾਂਦੇ ਆ, ਉਹਦੇ 'ਚ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਕੇ ਸਾਰਾ ਫਿਰ ਅੱਗੇ ਤੋਂ ਹੋਰ ਬਰੀਕੀ ਨਾਲ ਛਾਣਬੀਣ ਕਰਕੇ ਅੰਦਰ ਭੇਜਿਆ ਕਰਾਂਗੇ। ਫਰੀਦਕੋਟ ਸੇ ਰਾਕੇਸ਼ ਸ਼ਰਮਾ, ਸਿਟੀ ਹੋਮ ਨਿਊਜ਼।